बाणी तां इह कहिंदी है वी धर्म जिंदगी दे मनुख दे फर्जां नूं समझाउण लई है, जिंदगी दे मार्ग नूं सही बनाउण लई धर्म है, ना कि इह होवे असीं धर्मी बण के भरमां विच पै जाइए ते इहदे उपावां लई थां थां ते दौड़ भज करी। गुरु साहिबान ने तां सिख नूं सियाणा ते समझदार बणाया। गुरु पातशाह जी उत्थों प्रचार दौरे तों वापस आए तां जिहड़े पहाड़ी राजे सन जिहड़े हार खा के वापस गए दूजी लड़ाई दे विच, तां उहनां ने जदों इह खबरां उहनां नूं मिलियां वी गुरु पातशाह हुण रोपड़ वल चमकौर दी जगह ते पहुँच चुके ने, तां लाहौर तों दो जरनैल जिहड़े शाही सड़क हुंदी सी लाहौर तों दिल्ली वल, उह तों शाही जिहड़ा रजनाना सीगा टैक्स सीगा उह लै के जा रहे सन। उन्हां नूं जदों खबर मिली पहाड़ी राजे नूं, उह दो जरनैल सीगे अलिफ खां ते सैद बेग, इह दो जरनैल सन मुगलां दे। उन्हां वल पहाड़ी राजे ने जदों वेख्या वी इह लंघ रहे ने, उन्हां ने उन्हां नूं खरीदिया, भाव एक दिन दा 2000 रुपया दिता वी तुसीं गुरु गोबिंद सिंह महाराज जी नाल जंग लड़नी है ते आनंदपुर खाली करवाउणा है। सैद बेग ते अलिफ खां नूं कमान दे के फौज दे के जिहड़ा पहाड़ी राजे ने सारे गुरु गोबिंद सिंह महाराज जी विरुद्ध इदां तोरदे ने। जदों चमकौर तों गुरु गोबिंद सिंह महाराज जी आनंदपुर वल आ रहे ने प्रचार दौरे राहीं, राह दे विच जदों सिखां तक वी इह खबरां पहुँचदियां ने ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਤੇ ਪਹਾੜੀ ਰਾਜਿਆਂ ਵੱਲੋਂ ਦੁਬਾਰਾ ਫਿਰ ਹਮਲਾ ਹੋ ਰਿਹਾ ਹੈ, ਫਿਰ ਉਹ ਹਮਲੇ ਦੀ ਤਾਦਾਦ ਦੇ ਵਿੱਚ ਲੱਗੇ ਹੋਏ ਨੇ, ਤਾਂ ਉੱਥੋਂ ਆਨੰਦਪੁਰ ਤੋਂ ਕੁਝ ਕੁ ਸਿੱਖਾਂ ਦਾ ਜੱਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲ ਗਿਆ। ਜਿਹੜਾ ਸੈਦ ਬੇਗ ਸੀਗਾ ਅਤੇ ਅਲਿਫ ਖਾਂ ਸੀ, ਜਿਨ੍ਹਾਂ ਨੂੰ ਪਹਾੜੀ ਰਾਜਿਆਂ ਨੇ ਇੱਦਾਂ ਕਿਰਾਏ 'ਤੇ ਭੇਜ ਕੇ 2000 ਰੁਪਈਆ ਰੱਖ ਕੇ ਵੀ ਤੁਹਾਨੂੰ ਇਹ ਤਨਖਾਹ ਮਿਲਣੀ ਹੈ ਇੱਕ ਦਿਨ ਦੀ, ਪਹਾੜੀ ਰਾਜੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਰੁੱਧ ਉਹਨਾਂ ਨੂੰ ਭੇਜਿਆ। ਉੱਥੇ ਇੱਕ ਗੱਲ ਬੜੀ ਸੋਹਣੀ ਦੇਖਣ ਨੂੰ ਮਿਲਦੀ ਹੈ ਕਿ ਜਿਹੜਾ ਸੈਦ ਬੇਗ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਰੁੱਧ ਆਪਣੀ ਫੌਜ ਲੈ ਕੇ ਆਪਣੇ ਦੂਜੇ ਜਰਨੈਲ ਨੂੰ ਨਾਲ ਲੈ ਕੇ ਆਇਆ। ਜਦੋਂ ਜੰਗ ਛਿੜਦੀ ਹੈ ਕਹਿੰਦੇ ਉੱਥੇ ਇਤਿਹਾਸਕਾਰ ਲਿਖਦੇ ਵੀ ਸੈਦ ਖਾਂ ਹੈ ਨਾ ਜਿਹੜਾ ਜਦੋਂ ਸਿੱਖਾਂ ਨੂੰ ਗੁਰੂ ਤੋਂ ਕੁਰਬਾਨ ਹੁੰਦਿਆਂ ਵੇਖਦਾ, ਸ਼ਹੀਦ ਹੁੰਦਿਆਂ ਵੇਖਦਾ, ਇੱਕ ਪਾਸਾ ਉਹ ਹੈ, ਕਿੰਨੀਆਂ ਵੀ ਜੰਗਾਂ ਨੇ ਦੁਨੀਆਂ 'ਤੇ ਹੋਈਆਂ, ਉਹਨਾਂ ਦੇ ਵਿੱਚ ਰਾਜ ਕਰਨ ਦੀ ਭਾਵਨਾ ਸੀ ਵੀ ਅਸੀਂ ਦੂਜੇ ਨੂੰ ਮਾਰ ਕੇ ਦੂਜੇ ਨੂੰ ਹਰਾ ਕੇ ਅਸੀਂ ਆਹ ਧਰਤੀ 'ਤੇ ਰਾਜ ਕਰਨੀ। ਪਰ ਗੁਰੂ ਸਾਹਿਬਾਨ ਵੱਲ ਅਸੀਂ ਸਿੱਖੀ ਵੱਲ ਵੇਖ ਸਕਦੇ ਹਾਂ, ਕਿਤੇ ਇਹ ਨਹੀਂ ਗੁਰੂ ਸਾਹਿਬਾਨ ਦੀ ਲੜਾਈ ਪਹਾੜੀ ਰਾਜਿਆਂ ਨਾਲ ਵੀ ਉਹਨਾਂ ਨੂੰ ਉੱਥੋਂ ਕੱਢ ਕੇ ਖੁਦ ਕਬਜ਼ਾ ਕਰ ਲੈਣ, ਇਹ ਕਿਤੇ ਨਹੀਂ ਸਾਨੂੰ ਇਤਿਹਾਸ ਅੰਦਰ ਮਿਲਦਾ। ਜੇ ਪਹਾੜੀ ਰਾਜੇ ਹਾਰੇ, ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਉਹ ਥਾਵਾਂ ਤੋਂ ਕੱਢਿਆ ਨਹੀਂ, ਉਹਨਾਂ ਦੇ ਮਹਿਲਾਂ ਅੰਦਰੋਂ ਉਹਨਾਂ ਦੇ ਘਰਾਂ ਅੰਦਰੋਂ ਉਹਨਾਂ ਨੂੰ ਕੱਢਿਆ ਨਹੀਂ। ਗੁਰੂ ਪਾਤਸ਼ਾਹ ਦੀ ਸੋਚ ਲੋਕਾਂ ਨੂੰ ਸੁਰੱਖਿਆ ਦੇਣੀ, ਲੋਕਾਂ ਅੰਦਰ ਸਿੱਖੀ ਦੀ ਇੱਦਾਂ ਦਾਤ ਵੰਡਣੀ ਹੈ, ਨਾਮ ਸਿਮਰਨ ਵੱਲ ਜੋੜਨਾ ਲੋਕਾਂ ਨੂੰ, ਉੱਥੇ ਇਹ ਭਾਵਨਾ ਸੀ। ਕਦੇ ਨਹੀਂ ਵੇਖਦੇ ਵੀ ਕੋਈ ਪਹਾੜੀ ਰਾਜਾ, ਚਾਹੇ ਕੇਸਰੀ ਚੰਦ ਹੋਵੇ, ਚਾਹੇ ਜਸਵਾਲ ਦਾ ਰਾਜਾ ਹੋਵੇ, ਭੀਮ ਚੰਦ ਹੋਵੇ, ਉਹਨਾਂ ਨੂੰ ਹਾਰ ਕੇ ਗੁਰੂ ਸਾਹਿਬਾਨ ਨੇ ਵੀ ਕੱਢ ਦਿੱਤਾ ਹੋਵੇ ਜਦੋਂ ਹਾਰ ਗਏ ਹੋਣ। ਨਹੀਂ, ਇੱਕ ਪਾਸੇ ਉਹ ਸਿੱਖ ਗੁਰੂ ਦੇ ਪ੍ਰੇਮ ਦੇ ਵਿੱਚ ਭੇਜੇ ਹੋਏ ਲੜ ਰਹੇ ਨੇ ਜਿਨ੍ਹਾਂ ਦੀ ਕੋਈ ਤਨਖਾਹ ਵੀ ਨਹੀਂ, ਕੇਵਲ ਪਿਆਰ ਸਦਕਾ ਉਹ ਗੁਰੂ ਨਾਲ ਖੜ੍ਹੇ ਨੇ। ਦੂਜੇ ਪਾਸੇ ਉਹ ਨੇ ਪਹਾੜੀ ਰਾਜਿਆਂ ਦੇ ਸਿਪਾਹੀ ਜਾਂ ਉਹਨਾਂ ਵੱਲੋਂ ਸੈਦ ਬੇਗ ਵਰਗੇ, ਲਿਫ ਖਾਂ ਵਰਗੇ ਭੇਜੇ ਹੋਏ ਜਿਹੜੇ ਤਨਖਾਹ 'ਤੇ ਨੇ, ਜਿਨ੍ਹਾਂ ਦਾ ਮੇਨ ਮੁੱਖ ਟੀਚਾ ਇਹ ਹੈ ਵੀ ਅਸੀਂ ਲੜਨਾ ਅਤੇ ਸਾਡੀ ਤਨਖਾਹ ਨੀਅਤ ਹੈ। ਉਹਨਾਂ ਦੇ ਵਿੱਚ ਇਹ ਨਹੀਂ ਵੀ ਕੋਈ ਪਿਆਰ ਕਰਕੇ ਆਇਆ ਵੀ ਅਸੀਂ ਪਿਆਰ ਰੱਖਦੇ ਹਾਂ ਪਹਾੜੀ ਰਾਜਿਆਂ ਨਾਲ, ਨਹੀਂ, ਪਿਆਰ ਵਾਲੇ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਨੇ। ਸੈਦ ਵੇਖਦਾ ਕਿ ਜਦੋਂ ਸਿੱਖ ਆਪਣੀਆਂ ਜਾਨਾਂ ਆਪਣੇ ਜੀਵਨ ਨੂੰ ਗੁਰੂ ਤੋਂ ਕੁਰਬਾਨ ਕਰਦੇ ਹਨ, ਉਹਦਾ ਦ੍ਰਿਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲ ਵੇਖ ਕੇ ਆਪਾਂ ਪੜ੍ਹਿਆ ਆਖਣ ਆਖ ਨਾ ਰਹੀਏ, ਦੇਖਣ ਦੀ ਦ੍ਰਿਸ਼ਟੀ ਕਿੱਦਾਂ ਦੀ ਹੋਵੇ। ਜਦੋਂ ਕਿਸੇ ਦਾ ਕੋਈ ਜੀਵਨ ਬਦਲਦਾ ਨਾ, ਉਹ ਗੱਲ ਉਹਨੇ ਸੈਦ ਬੇਗ ਨੇ ਵੇਖੀ ਵੀ ਸਿੱਖ ਗੁਰੂ ਤੋਂ ਇੱਦਾਂ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਨੇ, ਇਹਨਾਂ ਅੰਦਰ ਕਿਤੇ ਕੋਈ ਭਾਵਨਾ ਨਹੀਂ, ਕਿਉਂਕਿ ਉਹਨੇ ਪਹਿਲਾਂ ਸੁਣਿਆ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ
किसी ते खुद नहीं चढ़ के गए, किसी तो जुल्म नहीं ढाते। उन्हें पहला सिफत सुनी सी, पर जदों पहाड़ी राजों वालों प्रेरिया होया इदा विरुद्ध गुरु गोबिंद सिंह महाराज जी दे भेजिया उन्हों, वो जदों सुनिया गल्लां उन सचमुच वेखदा है कि गुरु गोबिंद सिंह महाराज जी तो सचमुच निर्वैर की मूर्त ने, सचमुच वो दया की मूर्त ने भी सिखां नूं की लोड़ पई। गुरु गोबिंद सिंह महाराज जी के एक हुक्म के अगे होने की प्यार की भावना है। सहद वेग वेखदा भी मेरे नाल भी सिपाही ने, मेरे नाल दूजा जरनैल है, असीं खुद पहाड़ी राजियां दे कहण ते इदा टैक्स लैके जां इदा फीस लैके तनखाह लैके असीं जंग लड़न आए हां। इत्थे गुरु साहिबान दे उत्तों दी सिक्खी दी ये दास्तान दे उत्तों दी राह तों सिख अपनियां जानां इंज गुरु तों कुरबान कर रहे। सहद वेग है जिहड़ा जंग दे विचों पछां हट जांदा, जिहड़ा अलिफ खां है वो वेखदा भी जे सहद वेग हुण पछां हट गया, उहदी भावना गुरु गोबिंद सिंह महाराज जी वल झुक गई भी मैं ओ पुरश उत्ते उस गुरु उत्ते मैं वार करन जा रहा हैं जिहड़ा ही दया की मूर्त, जिहड़ा ही लोगों के भले की गल करन वाला, मेरी तलवार मेरा धर्म मैनू गुरु गोबिंद सिंह महाराज जी वल नहीं तोर सकता। मैं गुरु गोबिंद सिंह महाराज जी उत्ते वार कर रहा हैं, मेरा धर्म मैनू आग्या नहीं दिंदा, क्योंकि जिथे जुलम होवे तलवार तो उत्थे चुकनी चाहीदी है। सैद वेग वर्गियां नूं पहाड़ी राजियां ने प्रेर के भेजिया सी वी आनंदपुर दे विचों, हुण गुरु गोबिंद सिंह महाराज जी बाहर ने, उन्हां दे कुछ क सिख उन्हां दे नाल ने हमला करके गुरु गोबिंद सिंह महाराज जी नूं आनंदपुर दे विच वड़न ना दिता जावे, असीं कब्जा कर लईए। पर सैद वेग इन्ना कायल हो जांदा है गुरु गोबिंद सिंह महाराज जी दा, जदों लिफ खां वेखदा वी सैद वेग मैदाने जंग दे विचों पछां हो के खड़ गया है, लिफ खां वेखदा वी हुण है जिहड़ी जंग जितनी मेरे लिए ये मुश्किल है, जिहड़ियां फौजां ने वह हार का मूँह खा के वापस जांदी। सैद खां दे नाल 200 सिपाही है जिहड़ा उहदी फौज का भर्ती है। सैद खां गुरु गोबिंद सिंह महाराज जी के चरणां ते ढह पैंदा, पातशाह जी मैनूं पहाड़ी राजियां की चुक दे विच पहाड़ी राजियां ने मैनूं जरूर भेजिया भी तुहाडे विरुद्ध लड़न दे लई, मैं जो सिफत तुहाडी सुनी है ना अज अखी वेख ली है, तुसीं किसे विरुद्ध नहीं हो, किसे तों राज पा खोण दी चाहना पिछे तलवार नहीं चुकी हुई, जो कुछ सुनिया सी अज मैं अखी वेख लिया। सैद वेग नाल ही गुरु गोबिंद सिंह महाराज जी दे आनंदपुर दे विच रहन लग जांदा। ये है गुरु पातशाह दा सही दर्शन वेखना। एक ऐसी नित वेखदे हां गुरु की निर्वैरता, गुरु की बाणी नित पढ़ते हैं। सैद बेग चाहे विरुद्ध चढ़ के गुरु गोबिंद सिंह महाराज जी दे आया, पर जो उन्हें गुरु पातशाह दीयां गल्लां सुनिया सी, वड्याई सुनी सी, जदों उन्हें अखी वेख ली उहदे मन उत्ते इन्ना प्रभाव पिया भी आनंदपुर दे विच ही रहना शुरू कर लिया उन्हें। जदों पहाड़ी राजियां नूं ये पता लग गया भी सैद बेग गुरु गोबिंद सिंह महाराज नाल मिल गया है, पहाड़ी राजे जिन्हें उन्होंने कन्न भर के तोरे सन उन्होंने खतरा सी भी हुण सारियां गल्लां सैद वेग गुरु गोबिंद सिंह महाराज जी नूं दस दूगा, पर उन्हें यह नहीं किया। उन्हें जो कुछ उन्हें सुनिया सी उह उत्थे छड आया मैदाने जंग विच, हुण उह गुरु दा एक सिख बन के एक मुरीद बन के गुरु गोबिंद सिंह महाराज जी नाल रह रहा है। एक मैमू खां सी जिहड़ा है दोनों गैर धर्म दे सी, पाव गुरु ने तां भी उन्होंने अपने बना लिया, उत्थे इह नहीं वेख्या ये मुसलमान धर्म नाल संबंध रखते, क्योंकि सिक्खी अंदर जे असीं पढ़ते हैं बाणी अंदरों उपदेश चौ वरना को सांझा, गुरबाणी की लड़ाई किसी जात करन नाल नहीं, किसी धर्म नाल नहीं। जे तलवार गुरु पातशाह ने चुकी है वह लोगों के जुल्म करन वालियां विरुद्ध चुकी है। बाणी अंदर आपां पहलां भी पढ़िया पीर बुद्धू शाह वर्गे आए, साईं मियाँ मीर वर्गे आए, इतिहास अंदरों असीं पढ़ के वेख सकते हैं गुरु पातशाह ने उन्होंने दर तो खाली नहीं मोड़िया। सैद बेग भुल बख्शा के गुरु पातशाह नाल रहन लगता है, पहाड़ी राजे नूं इह हुंदा भी हुण जे इदां दे जरनैल गुरु पातशाह नाल रहन लग गए तां उन्होंने चिट्ठी लिखी औरंगजेब वल भी तुहाडे जिहड़े टैक्स उगराउण वाले जरनैल सन असीं उन्होंने गुरु गोबिंद सिंह महाराज जी दे विरुद्ध घल्लिया सी, पर उत्थों सैद बेग गुरु दा मुरीद बन के उत्थे ही रहन लग गया है। जे इंझ ही तुहाडे जरनैल इन्हें महान जरनैल गुरु के चरणी लागे गुरु के रह के हो गए तो
अपना जिहड़ा राज है ना मुगलों दा छेती खत्म हो जाऊ। तां औरंगजेब वल जदों इह चिट्ठी गई उह तीजी लड़ाई दा मेन कारण इह सीगा कि पहाड़ी राजे ने जदों भेजे दोनों जरनैलों विचों इक मुरीद गुरु गोबिंद सिंह महाराज जी दा बन गया, दूजा इंज ही हार दा मूँह खा के वापस चला गया। तां गुरु पातशाह दे विरुद्ध उन्होंने तीजी लड़ाई बैसाख महीना चढ़दा है फसलां वढ़न दा जोर सी उदों उन्होंने औरंगजेब वल पहलां चिट्ठी लिखी कि तू कोई वधिया जरनैल भेज जिहदे नाल असीं मिल के गुरु गोबिंद सिंह महाराज जी नूं आनंदपुर दे विचों कढ सकीए। जदों तीजी लड़ाई दे विच औरंगजेब एक है सैद बेग जो पहलां आ के गुरु दा मुरीद बन गया, एक सैद खां जो पीर बुद्धू शाह दा साला सीगा रिश्तेदार सी, उहनूं औरंगजेब 10,000 फौज दे के भेज ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿਰੁੱਧ ਤੂੰ ਜਾ ਕੇ ਜੰਗ ਲੜ ਪਹਾੜੀ ਰਾਜਿਆਂ ਨਾਲ ਮਿਲ ਕੇ। ਜਦੋਂ ਸੈਦ ਖਾਂ ਨੂੰ ਔਰੰਗਜ਼ੇਬ ਵੱਲੋਂ ਭੇਜਿਆ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿਰੁੱਧ, ਤਾਂ ਉਹ ਰਸਤੇ ਦੇ ਵਿੱਚ ਉਹ ਦੋ ਜਰਨੈਲ ਸਨ, ਇੱਕ ਰਮਜਾਨ ਖਾਂ ਅਤੇ ਇੱਕ ਸੈਦ ਖਾਂ। ਉਹ ਜਦੋਂ ਸਢੌਰੇ ਪਹੁੰਚਦਾ ਉਹ ਆਖਦਾ ਵੀ ਮੈਂ ਆਪਣੀ ਭੈਣ ਨੂੰ ਮਿਲ ਚੱਲਾਂ, ਨਸੀਰਾ ਉਹਦੀ ਭੈਣ ਸੀ, ਵੀ ਉਹਨੂੰ ਮੈਂ ਮਿਲ ਚੱਲਾਂ। ਪੀਰ ਬੁੱਧੂ ਸ਼ਾਹ ਉਹਦਾ ਰਿਸ਼ਤੇਦਾਰ ਸੀ, ਜਵਾਈ ਲੱਗਦਾ ਸੀ, ਤਾਂ ਉਹ ਆਖਦਾ ਵੀ ਮੈਂ ਪੀਰ ਬੁੱਧੂ ਸ਼ਾਹ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲ ਚੱਲਾਂ। ਜਦੋਂ ਉਹ ਸਢੌਰੇ ਪਹੁੰਚਦਾ, ਜਦੋਂ ਪੀਰ ਬੁੱਧੂ ਸ਼ਾਹ ਨੂੰ ਅਤੇ ਉਹਦੀ ਭੈਣ ਨੂੰ ਪਤਾ ਲੱਗਦਾ ਸੈਦ ਖਾਂ ਦੀ ਭੈਣ ਨੂੰ ਵੀ ਔਰੰਗਜ਼ੇਬ ਨੂੰ ਔਰੰਗਜ਼ੇਬ ਵੱਲੋਂ ਸੈਦ ਖਾਂ ਨੂੰ ਅਤੇ ਰਮਜ਼ਾਨ ਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਦਾਂ ਆਨੰਦਪੁਰ ਦੇ ਵਿੱਚੋਂ ਕੱਢਣ ਲਈ ਔਰੰਗਜ਼ੇਬ ਨੇ ਤੋਰਿਆ। ਪੀਰ ਬੁੱਧੂ ਸ਼ਾਹ ਜਿਹੜਾ ਪਹਿਲਾਂ ਭੰਗਾਣੀ ਦੇ ਯੁੱਧ ਵਿੱਚ ਉਹਨੇ ਦੋ ਪੁੱਤਰ ਗੁਰੂ ਤੋਂ ਕੁਰਬਾਨ ਕੀਤੇ, ਇੱਕ ਭਰਾ, ਇੰਨੇ ਮੁਰੀਦ ਉਹਨੇ ਗੁਰੂ ਤੋਂ ਕੁਰਬਾਨ ਕਰ ਦਿੱਤੇ। ਪੀਰ ਬੁੱਧੂ ਸ਼ਾਹ ਸੈਦ ਖਾਂ ਨੂੰ ਆਖਦਾ ਵੀ ਤੂੰ ਕਿੱਧਰ ਨੂੰ ਜਾ ਰਿਹਾ, ਕਿਸ ਨਿਰਵੈਰ ਉੱਤੇ, ਕਿਸ ਰੱਬ ਰੂਪ ਬੰਦੇ ਉੱਤੇ ਤੂੰ ਇੱਦਾਂ ਫੌਜ ਲੈ ਕੇ ਚੜ੍ਹ ਰਿਹਾ। ਪਰ ਉਹਦੇ ਦਿਮਾਗ ਅੰਦਰ ਉਹ ਭਰਿਆ ਹੋਇਆ ਔਰੰਗਜ਼ੇਬ ਵੱਲੋਂ, ਕਹਿੰਦੇ ਪੀਰ ਬੁੱਧੂ ਸ਼ਾਹ ਸੀ ਜਿਹੜਾ ਉਹਨੇ ਬਹੁਤ ਸਮਝਾਇਆ, ਸੈਦ ਖਾਂ ਦੀ ਭੈਣ ਨੇ ਉਹਨੂੰ ਸਮਝਾਇਆ ਵੀ ਪੀਰ ਬੁੱਧੂ ਸ਼ਾਹ ਜੀ ਤਾਂ ਗੁਰੂ ਸਾਹਿਬ ਦੇ ਮੁਰੀਦ ਨੇ, ਗੁਰੂ ਸਾਹਿਬਾਨ ਦੇ ਅਸੀਂ ਨੇੜੇ ਹੋ ਕੇ ਵੇਖ ਕੇ ਆਏ ਹਾਂ ਵੀ ਗੁਰੂ ਪਾਤਸ਼ਾਹ ਕਿਸੇ 'ਤੇ ਜ਼ੁਲਮ ਨਹੀਂ ਕਰਦੇ, ਜਿਵੇਂ ਸੈਦ ਬੇਗ ਨੇ ਸੁਣਿਆ ਸੀ। ਪੀਰ ਬੁੱਧੂ ਸ਼ਾਹ ਨੂੰ ਸੈਦ ਬੇਗ ਨੂੰ ਸਮਝਾਇਆ, ਸੈਦ ਖਾਂ ਨੂੰ ਪੀਰ ਬੁੱਧੂ ਸ਼ਾਹ ਨੇ ਕਿ ਤੂੰ ਗੁਰੂ ਪਾਤਸ਼ਾਹ ਉੱਪਰ ਫੌਜ ਲੈ ਕੇ ਨਾ ਚੜ੍ਹ, ਗੁਰੂ ਪਾਤਸ਼ਾਹ ਦੇ ਲੜ ਤਾਂ ਅਸੀਂ ਦੋ ਪੁੱਤਰਾਂ ਨੂੰ ਕੁਰਬਾਨ ਕਰ ਚੁੱਕੇ ਹਾਂ, ਇੱਕ ਭਰਾ, ਇੰਨੇ ਮੁਰੀਦ ਅਸੀਂ ਗੁਰੂ ਤੋਂ ਕੁਰਬਾਨ ਕਰ ਚੁੱਕੇ ਹਾਂ, ਗੁਰੂ ਸਾਹਿਬਾਨ ਰੱਬ ਦੀ ਮੂਰਤ ਨੇ, ਉਹ ਕਿਸੇ 'ਤੇ ਜ਼ੁਲਮ ਨਹੀਂ ਕਰ ਸਕਦੇ। ਪਰ ਜੋ ਕੁਝ ਸਿਖਾ ਕੇ ਭੇਜਿਆ ਕਹਿ ਲਓ, ਜੋ ਕੁਝ ਉਹਦੇ ਮਨ ਅੰਦਰ ਧਾਰਨ ਕਰਕੇ ਔਰੰਗਜ਼ੇਬ ਨੇ ਭੇਜਿਆ ਸੀ, ਉਹ ਇੱਦਾਂ ਉਹਨੇ ਸੁਣਿਆ ਤਾਂ ਜ਼ਰੂਰ, ਆਪਣੇ ਜਵਾਈ ਦੀਆਂ ਗੱਲਾਂ, ਆਪਣੀ ਭੈਣ ਦੀਆਂ ਗੱਲਾਂ ਉਹਨੇ ਸੁਣੀਆਂ ਤਾਂ ਜ਼ਰੂਰ, ਪਰ ਉਹ ਅਸਰ ਵੀ ਹੋਇਆ ਉਹਦੇ ਅੰਦਰ ਥੋੜ੍ਹਾ ਥੋੜ੍ਹਾ, ਪਰ ਉਹ ਮਨ ਕਰਕੇ ਮੰਨਣ ਲਈ ਤਿਆਰ ਨਹੀਂ। ਜਦੋਂ ਕਹਿੰਦੇ ਉਹ ਆਨੰਦਪੁਰ ਦੇ ਵਿੱਚ ਗਿਆ, ਉਹ ਸਮੇਂ ਗੁਰੂ ਪਾਤਸ਼ਾਹ ਨਾਲ ਜਿਹੜੇ ਸਿੱਖ ਰਹਿ ਰਹੇ ਸਨ, ਕਿਉਂਕਿ ਹਾੜੀ ਦਾ ਸਮਾਂ ਆਇਆ, ਉਹ ਫਸਲਾਂ ਵੱਢਣ ਲਈ, ਕੰਮ ਕਾਰ ਕਰਨ ਦੇ ਲਈ ਗੁਰੂ ਪਾਤਸ਼ਾਹ ਤੋਂ ਆਗਿਆ ਲੈ ਕੇ ਆਪਣੇ ਘਰਾਂ ਵੱਲ ਗਏ ਸਨ। ਕੁਝ ਕੁ ਸਿੱਖ ਸਨ ਜਿਹੜੇ ਆਨੰਦਪੁਰ ਦੇ ਵਿੱਚ ਰਹਿ ਰਹੇ ਸਨ, ਫਸਲ ਦੀ ਵਾਢੀ ਹੋਣ ਕਰਕੇ, ਵੈਸਾਖ ਮਹੀਨਾ ਚੜ੍ਹਨ ਕਰਕੇ ਅੱਧੇ ਗੁਰਸਿੱਖ ਗਏ ਸਨ। ਉਹਨਾਂ ਨੂੰ ਇਹ ਮੌਕਾ ਮਿਲਿਆ ਵੀ ਹੁਣ ਆਨੰਦਪੁਰ ਦੇ ਵਿੱਚ ਕੁਝ ਕੁ ਫੌਜ ਹੈ ਅਤੇ ਗੁਰੂ ਪਾਤਸ਼ਾਹ ਨੇ, ਜਦੋਂ ਜੰਗ ਛਿੜੀ, ਜੰਗ ਦੇ ਵਿੱਚ ਸੈਦ ਖਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੇਖਿਆ, ਜੋ ਕੁਝ ਉਹਨੇ ਪੀਰ ਬੁੱਧੂ ਸ਼ਾਹ ਤੋਂ ਆਪਣੀ ਭੈਣ ਤੋਂ ਸੁਣਿਆ ਸੀ, ਉਹਨੇ ਸੱਚ ਹੁੰਦਿਆਂ ਵੇਖਿਆ। ਰਮਜ਼ਾਨ ਖਾਂ ਜਿਹੜਾ ਉਹਦਾ ਦੂਜਾ ਨਾਲ ਸਾਥੀ ਜਰਨੈਲ ਸੀਗਾ, ਜਦੋਂ ਜੰਗ ਛਿੜ ਰਹੀ ਹੈ, ਦੋਵੇਂ ਜਣੇ ਲੜਦਾ ਰਹੇ ਨੇ, ਪਰ ਸੈਦ ਖਾਂ ਦਾ ਮਨ ਉਹਨਾਂ ਚੀਜ਼ਾਂ ਵੱਲ ਜਾ ਰਿਹਾ ਸੀ ਜਿਹੜੀਆਂ ਉਹਨੇ ਆਪਣੇ ਜਵਾਈ ਤੋਂ ਸੁਣੀਆਂ, ਭਾਵ ਰਿਸ਼ਤੇਦਾਰ ਤੋਂ ਸੁਣੀਆਂ, ਆਪਣੀ ਭੈਣ ਤੋਂ ਸੁਣੀਆਂ, ਵੀ ਜੋ ਮੈਂ ਸੁਣਿਆ ਉਹ ਹੁਣ ਮੇਰੀਆਂ ਅੱਖਾਂ ਸਾਹਮਣੇ ਸੱਚ ਹੋਣ ਲੱਗ ਗਿਆ। ਇੱਕ ਚੀਜ਼ ਹੈ ਕੋਈ ਸਾਨੂੰ ਦੱਸ ਦੇ ਵੀ ਉਹ ਚੀਜ਼ ਦੀ ਇੰਨੀ ਮਹਾਨਤਾ ਹੈ, ਇੱਕ ਉਹਨੇ ਸੁਣ ਵੀ ਲਈ, ਦੂਜੀ ਉਹਨੇ ਆਪਣੇ ਅੱਖੀਂ ਵੇਖ ਵੀ ਲਿਆ।
ਵੀ ਗੁਰੂ ਪਾਤਸ਼ਾਹ ਸੱਚਮੁੱਚ ਸੱਚ ਦੀ ਮੂਰਤ ਨੇ, ਉਹਨਾਂ ਦੇ ਅੰਦਰ ਕਿਸੇ ਪ੍ਰਤੀ ਨਫ਼ਰਤਾ ਨਹੀਂ ਹੈ, ਕਿਸੇ ਪ੍ਰਤੀ ਇਹ ਸੁਭਾਅ ਨਹੀਂ ਕਿ ਕਿਸੇ ਨੂੰ ਮਾਰ ਮੁਕਾਉਣ ਵਾਲਾ। ਜਦੋਂ ਗੁਰੂ ਪਾਤਸ਼ਾਹ ਨੇ ਵੇਖਿਆ ਵੀ ਫੌਜ ਭਾਰੂ ਹੈ, ਤਾਂ ਅਨੰਦਪੁਰ ਦੇ ਵਿੱਚ ਕੁਝ ਕੁ ਸਿੱਖ ਸਨ ਜਿਹੜੇ ਰਹਿ ਰਹੇ ਸਨ, ਉਹ ਜੰਗ ਦੇ ਵਿੱਚ ਲੱਗ ਗਏ ਗੁਰੂ ਪਾਤਸ਼ਾਹ ਨਾਲ। ਰਾਤ ਹੁੰਦੀ ਹੈ, ਗੁਰੂ ਪਾਤਸ਼ਾਹ ਸਾਰੇ ਜੋ ਅਨੰਦਪੁਰ ਦੇ ਵਿੱਚ ਬਾਲ ਬੱਚੇ ਰਹਿ ਰਹੇ ਸਨ, ਔਰਤਾਂ ਰਹਿ ਰਹੀਆਂ ਸਨ, ਸਿੱਖਾਂ ਦੇ ਪਰਿਵਾਰ ਰਹਿ ਰਹੇ ਸਨ, ਗੁਰੂ ਸਾਹਿਬਾਨ ਨੇ ਉਹਨਾਂ ਨੂੰ ਹੁਕਮ ਕਰਿਆ ਵੀ ਆਪਾਂ ਅਨੰਦਪੁਰ ਖਾਲੀ ਕਰ ਦਿਓ। ਗੁਰੂ ਪਾਤਸ਼ਾਹ ਨੇ ਸਾਰਿਆਂ ਨੂੰ ਆਗਿਆ ਦੇ ਕੇ ਅਨੰਦਪੁਰ ਖਾਲੀ ਕਰਤਾ। ਜਦੋਂ ਅਨੰਦਪੁਰ ਖਾਲੀ ਹੋਣ ਲੱਗਦਾ ਹੈ, ਫੌਜਾਂ ਹਮਲਾ ਕਰਦੀਆਂ ਨੇ, ਜੋ ਲੁੱਟ ਦਾ ਸਮਾਨ ਉਹਨਾਂ ਨੇ ਸਾਂਭਿਆ ਹੁੰਦਾ ਹੈ, ਭਾਵ ਲੁੱਟ ਕੇ ਸਾਂਭ ਲੈਂਦੇ ਨੇ, ਗੁਰੂ ਪਾਤਸ਼ਾਹ ਨੇ ਵੇਖਦੇ ਸਿੱਖ ਵੇਖਦੇ ਵੀ ਹੁਣ ਜਿਹੜੀਆਂ ਫੌਜਾਂ ਨੇ, ਭਾਵ ਜਿੰਨੇ ਜਰਨੈਲ ਨੇ, ਇਹ ਆਰਾਮ ਕਰ ਰਹੇ ਨੇ, ਜੋ ਸਮਾਨ ਇਹਨਾਂ ਨੇ ਲੁੱਟਿਆ ਇਹਨਾਂ ਤੋਂ ਵਾਪਸ ਲਿਆ ਜਾਵੇ। ਅਨੰਦਪੁਰ ਉਹ ਸਮੇਂ ਖਾਲੀ ਇੱਕ ਵਾਰ ਜ਼ਰੂਰ ਹੋ ਗਿਆ, ਪਰ ਜਦੋਂ ਸਮਾਨ ਉਹਨਾਂ ਨੇ ਵਾਪਸ ਲੈ ਲਿਆ, ਸੈਦ ਖਾਂ ਸੱਚਮੁੱਚ ਉਹ ਗੁਰੂ ਪਾਤਸ਼ਾਹ ਦਾ ਮਰੀਦ ਬਣ ਗਿਆ। ਜੋ ਸੈਦ ਬੇਗ ਸੀ, ਮਹਿਮੂ ਖਾਂ ਸੀ, ਉਹ ਦੋਵੇਂ ਜਾਣੇ ਜੋ ਮਰੀਦ ਬਣੇ ਸੀ ਗੁਰੂ ਪਾਤਸ਼ਾਹ ਦੇ, ਉਹ ਜੰਗ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਸੈਦ ਖਾਂ ਵੇਖਦਾ ਕਿ ਮੇਰੇ ਧਰਮ ਦੇ ਬੰਦੇ ਸੈਦ ਬੇਗ ਵਰਗੇ, ਮਹਿਮੂ ਖਾਂ ਵਰਗੇ ਗੁਰੂ ਤੋਂ ਜਿੰਦ ਵਾਰ ਰਹੇ ਨੇ, ਇੱਕ ਸਿੱਖ ਨੇ, ਉਹ ਤਾਂ ਹੈ ਹੀ ਗੁਰੂ ਪਾਤਸ਼ਾਹ ਨਾਲ। ਇੱਕ ਉਹ ਹੈ ਮੇਰੇ ਮਤ ਦੇ ਲੋਕ, ਮੇਰੇ ਧਰਮ ਦੇ ਲੋਕ, ਸੈਦ ਬੇਗ ਵਰਗੇ, ਮਹਿਮੂ ਖਾਂ ਵਰਗੇ, ਜਿਨ੍ਹਾਂ ਦਾ ਧਰਮ ਹੋਰ ਹੈ ਪਰ ਰਹਿ ਰਹੇ ਗੁਰੂ ਗੋਬਿੰਦ ਪਾਤਸ਼ਾਹ ਦੇ ਨਾਲ ਨੇ, ਵੀ ਉਹ ਗੁਰੂ ਤੋਂ ਇੱਦਾਂ ਜਾਨਾਂ ਮਾਰ ਗਏ ਨੇ, ਸ਼ਹੀਦ ਹੋ ਗਏ ਦੋਵੇਂ ਜਾਣੇ ਜਦੋਂ ਜੰਗ ਦੇ ਵਿੱਚ, ਉਹ ਵੀ ਕਹਿਲ ਹੋ ਗਿਆ ਗੁਰੂ ਪਾਤਸ਼ਾਹ ਦਾ। ਉਹ ਪਾਤਸ਼ਾਹ ਤੋਂ ਆਗਿਆ ਭੁੱਲ ਬਖਸ਼ਾ ਕੇ ਉਹ ਵਾਪਸ ਚਲਾ ਗਿਆ ਜ਼ਰੂਰ, ਪਰ ਜਦੋਂ ਰਮਜ਼ਾਨ ਖਾਨ ਨੇ ਵੇਖਿਆ ਵੀ ਹੁਣ ਮੋਰਚਾ ਮੈਂ ਜਿੱਤ ਸਕਦਾ ਹੈ, ਗੁਰਸਿੱਖਾਂ ਦੀ ਗੁਰੂ ਪਾਤਸ਼ਾਹ ਦੇ ਨਾਲ ਫੌਜ ਘੱਟ ਹੈ, ਉਹਨੇ ਇੱਕ ਵਾਰ ਜ਼ਰੂਰ ਕਿਲ੍ਹਾ ਖਾਲੀ ਕਰ ਲਿਆ, ਉਹ ਲੁੱਟ ਵੀ ਕਰ ਲਈ, ਪਰ ਪਾਤਸ਼ਾਹ ਨੇ ਦੁਬਾਰਾ ਉਹ ਸਿੱਖ ਚੜ੍ਹ ਕੇ ਗਏ ਜਦੋਂ ਜੰਗ ਦੇ ਰੂਪ ਦੇ ਵਿੱਚ, ਜੋ ਲੁੱਟਿਆ ਸੀ ਉਹ ਵਾਪਸ ਲਿਆ, ਜੋ ਉਹਨਾਂ ਨੇ ਪਾਇਆ ਸੀ, ਖੋਇਆ ਸੀ ਉਹਨਾਂ ਤੋਂ ਪਰਿਵਾਰਾਂ ਤੋਂ, ਉਹ ਵਾਪਸ ਲੈ ਆਏ। ਜਦੋਂ ਉਹਨਾਂ ਨੂੰ ਵੇਖਿਆ ਵੀ ਹੁਣ ਸਿੱਖ ਭਾਰੂ ਹੋ ਚੱਲੇ ਨੇ ਜੰਗ ਦੇ ਵਿੱਚ, ਉਹ ਮੈਦਾਨ ਛੱਡ ਕੇ ਚਲੇ ਜਾਂਦੇ। ਤੀਜੀ ਲੜਾਈ ਦਾ ਜਦੋਂ ਇਹ ਪ੍ਰਭਾਵ ਰਾਜਿਆਂ ਦੇ ਮਨਾਂ ਉੱਤੇ ਪਿਆ, ਔਰੰਗਜ਼ੇਬ ਦੇ ਮਨ ਉੱਤੇ ਪਿਆ, ਤਾਂ ਉਹ ਚੌਥੀ ਲੜਾਈ ਜਿਹੜੀ ਆਖਰੀ ਹੈ ਅਨੰਦਪੁਰ ਦੀ, ਆਪਾਂ ਜੋ ਕੱਲ੍ਹ ਨੂੰ ਪੜ੍ਹਨੀ, ਉਹ ਚੌਥੀ ਲੜਾਈ ਸੀ ਜਿਹੜੀ ਅਨੰਦਪੁਰ ਦੀ, ਜਦੋਂ ਔਰੰਗਜ਼ੇਬ ਖੁਦ ਵੇਖਦਾ ਵੀ ਸੈਦ ਬੇਗ ਵਰਗੇ, ਮਹਿਮੂ ਖਾਂ ਵਰਗੇ, ਸੈਦ ਖਾਂ ਵਰਗੇ ਗੁਰੂ ਪਾਤਸ਼ਾਹ ਦੇ ਇੱਦਾਂ ਸ਼ਰਧਾਲੂ ਬਣ ਜਾਂਦੇ ਨੇ, ਇੱਦਾਂ ਗੁਰੂ ਦੇ ਕੈਲ ਬਣ ਗਏ, ਪਹਾੜੀ ਰਾਜਿਆਂ ਦੇ ਮਨ ਅੰਦਰ ਵੀ ਡਰ ਲੱਗਣ ਲੱਗ ਗਿਆ ਵੀ ਗੁਰੂ ਕੋਲੇ ਕਿਹੜੀ ਕਰਾਮਾਤ ਹੈ, ਵੀ ਜੋ ਚੜ੍ਹ ਕੇ ਜਾ ਰਿਹਾ ਗੁਰੂ ਪਾਤਸ਼ਾਹ ਉੱਤੇ, ਉਹੀ ਉਹਦੇ ਚਰਨਾਂ ਦਾ ਮੁਰੀਦ ਬਣ ਜਾਂਦਾ। ਉਹ ਆਪਣੀਆਂ ਫੌਜਾਂ ਨਾਲ ਲੈ ਕੇ ਗੁਰੂ ਪਾਤਸ਼ਾਹ ਨਾਲ ਖੜ੍ਹ ਜਾਂਦਾ। ਸੈਦ ਖਾਂ ਖੜ੍ਹਿਆ, ਸੈਦ ਬੇਗ ਖੜ੍ਹਿਆ, ਮਹਿਮੂ ਖਾਂ ਜੋ ਪਹਿਲਾਂ ਤੋਂ ਹੀ ਗੁਰੂ ਪਾਤਸ਼ਾਹ ਨਾਲ ਰਹਿ ਰਿਹਾ ਸੀ, ਜਦੋਂ ਉਹਨਾਂ ਸਾਰਿਆਂ ਨੂੰ ਗੁਰੂ ਤੋਂ ਜਾਨਾਂ ਮਾਰਦਿਆਂ ਵੇਖਿਆ, ਪਹਾੜੀ ਰਾਜਿਆਂ ਦੇ ਮਨ ਅੰਦਰ ਵੀ ਡਰ ਲੱਗਿਆ, ਔਰੰਗਜ਼ੇਬ ਤੱਕ ਵੀ ਇਹ ਖਬਰਾਂ ਪਹੁੰਚੀਆਂ ਵੀ ਅਨੰਦਪੁਰ ਤਾਂ ਇੱਕ ਵਾਰ ਖਾਲੀ ਜ਼ਰੂਰ ਕਰਾ ਲਿਆ ਸੀ, ਪਰ ਫਿਰ ਇੱਦਾਂ ਦੀ ਕਿੱਥੋਂ ਪਤਨੀ ਕਰਾਮਾਤ ਇੱਕ ਸ਼ਕਤੀ ਨਿਕਲੀ ਵੀ ਇਹ ਜਿਹੜਾ ਕੁਝ ਖੋਇਆ ਸੀ ਅਸੀਂ, ਸਿੱਖਾਂ ਨੇ ਦੁਬਾਰਾ ਵਾਪਸ ਲੈ ਲਿਆ ਸਾਥੋਂ। ਫਿਰ ਗੁਰੂ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਵਿੱਚ ਰਹਿਣ ਲੱਗ ਗਏ। ਅਖੀਰ ਚੌਥੀ ਲੜਾਈ ਸੀ, ਜਦੋਂ ਉਹ ਤੋਂ ਪਹਿਲਾਂ ਇੱਕ ਬ੍ਰਾਹਮਣ ਆਪਣੀ ਫਰਿਆਦ ਲੈ ਕੇ ਆਉਂਦਾ ਗੁਰੂ ਪਾਤਸ਼ਾਹ ਅੱਗੇ ਵੀ ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਪਾਤਸ਼ਾਹ ਜੀ, ਮੈਂ ਸੁਣਿਆ ਜ਼ਰੂਰ ਹੈ ਤੁਸੀਂ ਹਰ ਇੱਕ ਦੀ ਆਏ ਦੀ ਦਰ 'ਤੇ ਮਦਦ ਕਰਦੇ ਹੋ, ਹਰ ਇੱਕ ਦੀ ਦਾਤ ਪੂਰੀ ਕਰਦੇ ਹੋ, ਇੱਛਾ ਮੇਰੀ ਇੱਕ ਮੰਗ ਹੈ, ਭਾਵ ਮੇਰੀ ਇੱਕ ਬੇਨਤੀ ਹੈ, ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ, ਮੈਂ ਆਪਣੀ ਪਤਨੀ ਨੂੰ ਨਾਲ ਲੈ ਕੇ ਉਹਦੇ ਸਹੁਰੇ ਪੇਕੇ ਘਰ ਲਿਜਾ ਰਿਹਾ ਸੀ ਮਿਲਣ ਦੇ ਲਈ ਪਰਿਵਾਰ ਨੂੰ, ਤਾਂ ਰਾਹ ਦੇ ਵਿੱਚ ਬੱਸੀ ਪਠਾਣਾ ਨੇ ਮੇਰੀ ਔਰਤ ਨੂੰ, ਮੇਰੀ ਘਰਵਾਲੀ ਨੂੰ ਚੁੱਕ ਲਿਆ। ਉਹ ਸਮੇਂ ਜਿਹੜੇ ਮੁਗਲ ਸਨ, ਇੱਦਾਂ ਰਾਹ ਦੇ ਵਿੱਚ ਆਉਂਦਾ ਕੋਈ ਵੀ ਸੀ ਰਾਹੀ ਪਾਉਂਦੀ, ਉਹ ਚਾਹੇ ਔਰਤ ਹੈ ਉਹਨੂੰ ਚੁੱਕ ਕੇ ਲੈ ਜਾਂਦੇ, ਕੋਈ ਇੱਦਾਂ ਲੁੱਟ ਦਾ ਸਮਾਨ ਹੁੰਦਾ ਉਹ ਖੋਹ ਕੇ ਲੈ ਜਾਂਦੇ। ਪਾਤਸ਼ਾਹ ਅੱਗੇ ਜਦੋਂ ਬ੍ਰਾਹਮਣ ਨੇ ਜਾ ਕੇ ਫਰਿਆਦ ਕੀਤੀ, ਗੁਰੂ ਪਾਤਸ਼ਾਹ ਨੇ ਫਿਰ ਬਾਬਾ ਅਜੀਤ ਸਿੰਘ ਦੀ, ਸਾਹਿਬਜ਼ਾਦਾ ਅਜੀਤ ਸਿੰਘ ਦੀ ਡਿਊਟੀ ਲਾਈ ਕਿ ਤੁਸੀਂ ਰਾਤ ਨੂੰ ਜਾ ਕੇ
इस ब्राह्मण की पत्नी नूं इसकी घरवाली नूं वापस सही सलामत लेके आउंदा। असीं वेखदे आ कई बार साडे मनां दे ख्याल आ जांदा है वी ब्राह्मण नाल गुरु की कोई लाग डाट है जां मुसलमान नाल है जां किसी होर नाल है, पर गुरु पातशाह की किसी नाल कोई विरोधता नहीं है। जे कोई फरियाद लेके आया गुरु पातशाह ने उन्हों अपने सिख की तरह उन्हों उस तरह ही वेख्या, ये नहीं वेख्या किसी होर धर्म का है। इतिहास असीं खुद पढ़ के वेख ली इन्हां गल्लां नूं जे सैद खां वर्गे बदले है जिन्हों भगत कबीर साहब जी ये कहिंदे ना कबीर सतगुर सूरमे बाहया बाण जो एक लागत ही भोएं गिर परिया परा कलेजिश। गुरु कोले कोई तीर बाहरी नहीं सी वी उह बाहरी तीर मार दे ते बंदा कैल हो जांदा। गुरु कोले उह प्रेम दा तीर सी जिन्हों सट लगन ते प्रेम की गल समझ लगन ते सैद बेग वर्गे बदल जाते हैं, मैमू खां वर्गे गुरु की प्यार की भावना समझ के बदल जाते हैं। 10,000 के करीब फौज न दे के औरंगजेब सैद खां ते रमजान खां भेजता भी तू गुरु नाल जाके लड़, उन्हों आनंदपुर के कढ़। वो 10,000 फौज के नाल आया एक सैद खां, जे गुरु के प्रेम का धारनी बन के गुरु नाल खड़ सकता है तो बाणी अंदरों होर की है करामात है भी सतगुर सूरमे बाहया बाण जो एक वो सी भी सैद खां इन्नी नफरता लैके इन्नी विरोधता लैके गुरु पातशाह विरुद्ध आया, पर जदों वो वेखदा है वह सारा कुछ गुरु की प्यार की भावना सिखां विच वेखदा है बाकी लोगों विच वेखदा है वो सारा कुछ वो अखों बदल जाता है, वो गुरु पातशाह का कहल बन जाता है। ब्राह्मण फरियाद लेके आया गुरु पातशाह ने अपने साहबजादे की ड्यूटी लाई बाबा अजीत सिंह की भी तुसीं जाके इहदी सुपत्नी नूं उत्थों मुगलां दे जाल दे विचों कढ के लेके आओ। बाबा अजीत सिंह ने अपने नाल आलम सिंह नूं लिया, भाई उदय सिंह नूं लिया, भाई दया सिंह नूं लिया, नाल लेके गुरु पातशाह जी ने आग्या दित्ती भी तुसीं जाओ ते उत्थों लेके आओ जो कुछ उत्थे उन्होंने कैदखाने विच बाकी औरतां नूं जां बाकी लोकां नूं रख्या होया सी। साहिबजादे ने ते उन्हां गुरसिखां ने अपनियां जानां वार के भाव जान तली ते रख के उन्हां मुगलां दी कैद दे विचों उस औरत नूं लैके आए ते गुरु पातशाह ने सही सलामत ये नहीं भी उन्होंने तोड़ता पर उत्थे रात रहण दे लई आनंदपुर दे विच निवास भी दिता भी जिन्ने दिन तुहानूं डर जापदा है खतरा जापदा है इत्थे रह के रहो इत्थे सेवा बंदगी दे विच जुड़ो वेखो चार सफेरा इत्थे आनंदपुर दा। गुरु पातशाह ने उन्हूं खाली हथ नहीं तोरिया ते उह ब्राह्मण ने जदों ये सारा कुछ वेख्या भी गुरु पातशाह बारे जो मैं सुनिया वह सचमुच अज जे गुरु पातशाह दे सपुत्र बाबा अजीत सिंह ने साहबजादा अजीत सिंह ने इन्हां उह गुरसिखां ने जिहड़े दिन रात गुरु पातशाह की सेवा विच खड़े ने प्यार अंदर भेजे हुए इत्थों तक जा सकते मेरी पत्नी नूं बचा सकते इज्जतां दे राखे ने वह सचमुच उन्हूं पता लग गया भी गुरु पातशाह सचमुच रख्या करन वाले ते कोई भी आया वापस नहीं गया। इत्थे गुरु ते असीं इष्ट भरोसा रख के वेखीए जे सचमुच मनो रखांगे एक तन दे मुरीद आ मन दे मुरीद बणांगे ना जे इदां इतिहास अंदर एक बंदे विरुद्ध इन्हें गुरु पातशाह हो के विरुद्ध आए ने गुरु पातशाह दे कैल हो सकदे मेरा मन क्यों नहीं गुरु के चरणों का कैल हो। मैं तो नित गुरु नूं वेखदा सैद खां ने सुनिया जरूर सी सैद बेग ने सुनिया उहदे वांग ही सी पर जदों सचमुच आके वेख्या असर उहदे हुंदे आ। असीं सुनदे तां जरूर हाँ गुरु की बाणी नूं सिफतां जरूर सुनदे हाँ वाह वाह जरूर करदे हाँ पर असर असीं भोरा मात्र भी नहीं करदे। वेखण दी लोड़ है भी जे इदां गैर मत दे लोक गुरु पातशाह दे कैल हो सकते मैं तो नित गुरु का आखदा मैं सिख हाँ मैं भी गुरु के चरणों का भजनीक बना इदा प्यार वाला बना जे वह बंदे गुरु पातशाह के विरुद्ध जेडे चढ़ के आए जे वह गुरु पातशाह तो इदा लै सकते हैं कुछ मैं तो नित गुरु के चरणों में बैठ गया मैं तो कुछ ना कुछ लैके जावा मेरा तो नित दर्शन होंगे गुरु को देखदा चार सवेरे परिक्रमा भी करदा गुरु दी नक भी रखदा मैं भी मन उत्ते असर करा जे वह इदा कुछ बदल सकता है। औरंगजेब तक ये खबरां गईयां भी गुरु पातशाह हर एक की रख्या करते ने फिर वो आप पढ़ते हैं भी चौथी जंग है जी खीरला आनंदपुर का वो कुछ समा है जोड़ा गुरु पातशाह अपने परिवार के नाल उन्हां गुरसिखां दे नाल रहिंदे ने ते वह चौथा जंग है खीरला आनंदपुर का जिथे जाके परिवार का
विछोड़ा पैंदा है, वह जंग लड़ी जाती है, जिहड़ा 7-8 महीने घेरा पैंदा वह चौथी जंग समय। पहली तीजी जंग समय भी आनंदपुर खाली करा लिया सी, पर गुरसिखा ने अपनी जाना बाह के फिर आनंदपुर उवें तरह कायम बसा लिया। गुरु पातशाह की कृपा करके असीं भी गुरु अंगद पातशाह जी दे पावन सलोक वांग इतिहास तो सीध लैंदिया होया गुरु के चरणों के कैल बनीए। जे गुरु पातशाह ने इन्ना कुछ ओ समा हंडा लिया तां भी चेहरे तो खुशी नहीं गई, चेहरे तो ओ बाणी की झलक उन्हां तो किते नहीं दूर हुई, तां भी सदा वो चढ़दी कला विच रहे ने। इन्हां चीज़ां वल वेख के मैं भी गुरु की समत लैके चढ़दी कला अंदर रहा। अज दे इस पावन सलोक वांग आखन आखन रज्जिया, मन रज्जे जरूर, वो किधरले पासे लाइए, नानक भुखा तां रज्जै जां गुण कह गुणी समाए। आ जीव नूं गुण गाउण वाले पासे ला लीए, ये अपने आप माड़े पासों रज जू। आ कन्नां नूं मालक दी सच्ची सिफत सुन वल ला लीए, ये झूठ वाले पासों निंदिया वाले पासों अपने आप हट जाणगे, रज जाणगे, उधर जाणगे नहीं। जदों इन्हां अंगां दी इन्हां ज्ञान इंद्रियां दी असीं सही वरतों करनी सीख लीए ना, अपने आप असीं बच्चे नूं कह दिंदे फलानी चीज़ की सही वरतों कर, बच्चों नूं कहने मोबाइल की सही वरतों करो, पहला अपने आप ते आ चीज़ां लागू कर लीए। मालक ने अखां दित्तियां, कन्न दित्ते है, जीव दित्ती है, ये अंग दित्ते ने। आपां किन्ने बार पढ़ लिया सलोक, दूजी बार फिर उही गुरु पातशाह जी गल समझा रहे ने, हर बाणी दे शब्द अंदर ही समझाया जा रहा। असीं इन्ना जीवन मालक ने जिहड़ा दित्ता ना बड़ा कीमती, इहनूं सही पासे जोड़ लईए, इहदी चंगी वरतों करनी शुरू कर लईए, फिर साडा जीवन सफल है। जे अखां इन्हां रज्जियां रंग तमाशे वेखदे आ, जिहनूं भाई गुरदास जी कहिंदे ने अखीं देखण रंगियां बहु रंग तमाशे, कन्न ना सु रज्जा, आ कन्न रज्जिया नहीं निंदिया सुन वल, नक नहीं रज्जिया दुर्गंध सुवासे। इन्हां चीज़ां की सही वरतों करनी सीख लई। पातशाह अगे बेनती करिए, हे मालक जी आ भुखा मन जे तेरी बाणी कह रही है गुणा नूं कह के रज सकदा, मैनूं गुण दे दो। जीव राही मैं तेरी सिफत करनी शुरू करदा, कन्ना राही तेरी बाणी सुननी शुरू करना, जे पढ़ना नहीं आउंदा कन्ना राही मैं सुन जरूर लवां। कन्न मालक ने निंदिया जां माड़ियां चीज़ां सुन नहीं दित्ते, जे जवान राही मैं अनपढ़ हां कन्ना राही तां नहीं अनपढ़, मैनूं हर एक चीज़ की समझ है। जे कोई सानूं माड़ा बोलदा पता लग जांदा ना बंदे ने माड़ा बोलिया, एक बोला है बंदा उहनूं जिन्ना मर्जी बारा कुछ सुनाई जाइए उहनूं सुणदा नहीं है। पर असीं सुणदे होंदे भी बावजूद इन्हां चीज़ां नूं लै के भी असीं बोले बणे पए हां। गुरू रिंत आवाज़ मारदा सुण ली मैं तां भी तैयार नहीं, उहनूं इह कहि बाणी अंदर भी चौणे सोना पाई है चुण चुण खावै घास। गुरु पातशाह जी कहिंदे तुसीं पशुआं आ के घा दी सां सोना पा दो भी सोना खा लैणगे, नहीं पशुआं ने घा ही खाणा, किते सुभाअ अंदरों ਉਹ ਨਾ ਬਣ ਜੇ ਵੀ ਗੁਰੂ ਦੀ ਬਾਣੀ ਸਾਨੂੰ ਸਹੀ ਰਾਹ ਵਿਖਾਉਂਦੀ ਹੋਵੇ। ਅਸੀਂ ਗੁਰੂ ਦਾ ਰਾਹ ਕੀਮਤੀ ਸੋਨੇ ਤੋਂ ਵੀ ਕੀਮਤੀ ਰਾਹ ਛੱਡ ਕੇ ਮਾੜੇ ਪਾਸੇ ਤੁਰ ਜਾਈਏ ਫਿਰ ਕਸੂਰ ਗੁਰੂ ਦਾ ਨਹੀਂ ਹੋਊਗਾ, ਗੁਰੂ ਦੀ ਬਾਣੀ ਦਾ ਨਹੀਂ ਹੋਊ, ਮੇਰੇ ਚੱਲਣ ਵਾਲੇ ਦਾ ਹੋਊ। ਗੁਰੂ ਨੇ ਰਾਹ ਵਿਖਾਤਾ, ਚੋਣੇ ਸੋਨਾ ਪਾਈ ਹੈ ਚੁਣ ਚੁਣ ਖਾਵੇ ਘਾਸ, ਉਹ ਘਾ ਹੀ ਖਾਓ ਪਸ਼ੂ ਤਾਂ। ਪਰ ਜੇ ਮਨ ਅੰਦਰੋਂ ਸਾਡਾ ਪਸ਼ੂ ਬਣ ਗਿਆ ਨਾ, ਵੀ ਗੁਰੂ ਸਮਝਾਉਂਦਾ ਹੋਇਆ ਨਿੱਤ ਬਾਣੀ ਸਾਨੂੰ ਨਿੱਤ ਸਮਝਾਉਂਦੀ ਹੋਈ ਵੀ ਬੰਦੇ ਆਹ ਰਾਹ 'ਤੇ ਚੱਲ, ਪਰ ਮੈਂ ਤਾਂ ਵੀ ਗੁਰੂ ਨੂੰ ਪਿੱਠ ਦਿਖਾ ਕੇ ਗਲਤ ਰਾਹ 'ਤੇ ਜਾਂਦਾ ਹੋਊ, ਫਿਰ ਮੇਰਾ ਹਾਲ ਉਹ ਉਦਾਹਰਣ ਵਾਂਗ ਹੈ ਜੋ ਗੁਰੂ ਪਾਤਸ਼ਾਹ ਨੇ ਬਾਣੀ ਅੰਦਰ ਦਿੱਤੀ ਹੈ। ਗੁਰੂ ਦੇ ਮਾਰਗ 'ਤੇ ਚੱਲਦੇ ਹੋਏ ਅੱਜ ਦੇ ਇਸ ਪਾਵਨ ਨੂੰ ਸਲੋਕ, ਗੁਰੂ ਅੰਗਦ ਪਾਤਸ਼ਾਹ ਦੇ ਸਲੋਕ ਨੂੰ ਸਮਝਦੇ ਹੋਏ ਜੀਵਨ ਨੂੰ ਗੁਰਬਾਣੀ ਦੇ ਲੜ ਲਾਈਏ, ਗੁਰੂ ਪਾਤਸ਼ਾਹ ਦੇ ਇਸ ਸੋਹਣੇ ਇਤਿਹਾਸ ਤੋਂ ਨਿੱਤ ਵਾਰਨੇ ਜਾਈਏ ਵੀ ਕਿੰਨਾ ਕੁਝ ਵਾਪਰਿਆ, ਪਰ ਗੁਰੂ ਪਾਤਸ਼ਾਹ ਦੇ ਚਿਹਰੇ 'ਤੇ ਇੱਕ ਵੀ ਝਲਕ ਦੁੱਖ ਦੀ ਨਹੀਂ, ਨਿਰਾਸ਼ਤਾ ਦੀ ਨਹੀਂ ਸਾਨੂੰ ਮਿਲਦੀ, ਉਹ ਤਾਂ ਵੀ ਚੜ੍ਹਦੀ ਕਲਾ ਦੇ ਵਿੱਚ ਨੇ।